slava vyvolen slova tvá. Slovat pran nal guna maaf adan baba zi pran slovat tvá. Kafi tadad hai, dheer sare bande maajood hain. Bismillah. ਛੇਵਾਂ ਬਾਦਸ਼ਾਹ ਫਰਮਾਉਂਦੇ ਜਿਹੜਾ ਬੰਦਾ ਸਾਰੀ ਜ਼ਾਤ ਦੇ ਉੱਤੇ ਸਲਵਾਤ ਪੜਦਾ ਹੈ ਤੇ ਉਸ ਦੇ ਰਜ਼ਕ ਵਿੱਚ ਕਮੀ ਨਹੀਂ ਆ ਸਕਦੀ। ਬਾਬਾ ਦੇ ਬੁਲੰਦ ਸਲਵਾਤ ਮਰਹੂਮੀਨ ਮੁਮਿਨੀਨ ਮੁਮਿਨਾਤ ਬਿਲਖਸੂਸ ਬਾਨੀਆਂ ਦੇ ਜਿਤਨੇ ਹੋਰ ਸਾਦਾਰ ਖਾਨੇ ਤੋਂ ਤੁਰ ਗਏ, ਤਮਾਮ ਦੀ ਬੁਲੰਦੀ ਦਰਜਾਤ ਦੀ ਖਾਤਰ ਖੁੱਲੇ ਚਿਹਰੇ ਨਾਲ ਸਲਵਾਤ ਪੜੋ। ਨਾਰੇ ਤਕਬੀਰ, ਖਾਲਕ ਅਕਬਰ ਦਾ ਨਾਮ ਬੁਲੰਦ ਹੈ। ਜਿਹੜਾ ਬੰਦਾ ਮਾਲਕ ਦਾ ਮੁਹਤਾਜ ਹੈ, ਰਿਜ਼ਕ ਗਿਣ ਕੇ ਖਾਂਦਾ ਹੈ, ਬੰਦਾ ਬੋਲੇ ਨਾਰੇ ਤਕਬੀਰ ਅੱਲਾਹੁ ਅਕਬਰ, ਨਾਰੇ ਰਿਸਾਲਤ ਯਾ ਰਸੂਲ ਅੱਲਾਹ, ਨਾਰੇ ਰਿਸਾਲਤ ਨਾਰੇ ਹੈਦਰੀ। ਸੁਭਾਨ ਅੱਲਾਹ, ਬਹੁਤ ਸੋਹਣਾ ਨਾਮ ਛਾਇਆ, ਮਗਰ ਹਰ ਮੈਂਬਰ ਨੂੰ ਉੱਥੇ ਆਦਤ ਨਹੀਂ, ਇਬਾਦਤ ਸਮਝਦੀਆਂ। ਸਰਵਰੇ ਕਾਇਨਾਤ ਹਸਨੈਨ ਦੇ ਪਾਕ ਨਾਨੇ ਦਾ ਫਰਮਾਨ ਤਿਲਾਵਤ ਕਰਦਾ ਹੁੰਦਾ ਕਿ ਨਬੀਆਂ ਦਾ ਸੁਲਤਾਨ ਨਬੀ ਫਰਮੈਂਦਨ, ਮੇਰੇ ਭੇਰਾ ਅਲੀ ਦਾ ਨਾਮ ਛਾਵਣ ਖਤਮ ਏ ਕੁਰਾਨ ਦਾ ਸਵਾਬ ਹੈ। ਇਬਾਦਤ ਕਰੋ, ਹੱਥ ਆਖੇ ਬੋਲੋ ਹੈਦਰੀ। ਮਕਾਮ ਆਲੇ ਮੁਹੰਮਦ ਜਿਤਨਾ ਜ਼ਹਿਨ ਵਿੱਚ ਬੁਲੰਦ ਹੈ ਉਤਨੀ ਬੁਲੰਦ ਸਲਵਾਤ ਪੜੋ। ਮਾਸ਼ਾਅੱਲਾ, ਬੜੇ ਹੀ ਬਜ਼ੁਰਗ ਔਰ ਨੌਜਵਾਨ ਬੜੇ ਅਜ਼ਾਦਾਰ ਚਿਹਰੇ ਮੇਰੇ ਸਾਹਮਣੇ ਤਸ਼ਰੀਫ ਫਰਮਾਓ। ਮੇਰਾ ਵਤਨ ਮੈਂ ਹਰ ਅਜ਼ਾਦਾਰ ਦਾ ਨੌਕਰ ਖਾਦਮ ਹਾਂ, ਖੁਦਾ ਗਵਾਏ ਕੋਈ ਜ਼ਾਕਰੀ ਨਾ ਮਨਮਾਵਣੀਅਤ ਨਾ ਖੁਦਾ ਵਾਏ ਫਕਤ ਹਾਜ਼ਰੀ। ਮੈਂ ਮਿਹਨਤ ਕਰੇ ਸਾਂ, ਕਿਸੇ ਦਾ ਪੁੱਤਰ ਹਾਂ, ਕਿਸੇ ਦਾ ਨੌਕਰ ਹਾਂ, ਅਤੇ ਮਿਹਰਬਾਨੀ ਕਰੋ ਮੈਂ ਇੱਕ ਇੱਕ ਕਦਮ ਥੋੜ੍ਹੇ ਅਗਾ ਵਜੋ। ਮੈਂ ਤਾਂ ਚਲੋ ਗੁਜ਼ਾਰਵੇ ਸਾਂ, ਜਿਹੜੇ ਮੇਰੇ ਬਾਅਦ ਨੇ ਚਲੋ ਉਹਨਾਂ ਦੇ ਵਾਸਤੇ ਤਾਂ ਥੋੜ੍ਹਾ ਕਿ ਨਿਆਜ਼ ਹੁਸੈਨ ਜਿਹੜੇ ਉੱਠੀ ਸਕਦੇ ਨੇ। ਮੈਂ ਲਫ਼ਜ਼ ਨਿਆਜ਼ ਹੁਸੈਨ ਆਖੇ, ਜਿਹੜਾ ਹੁਸੈਨ ਦਾ ਲਿਖਦੇ ਜਿਹੜਾ ਛੋੜੇ ਇੱਕ ਇੱਕ ਕਦਮ ਹੈਗਾ ਤੁਸੀਂ ਬਿਸਮਿਲ੍ਲਾ। ਬਜ਼ੁਰਗਾਂ ਕੋਲ ਛੁੱਟੀ, ਜਿਹੜੇ ਨੌਜਵਾਨ ਹਨ, ਤੁਸੀਂ ਨਿਆਜ਼ ਹੁਸੈਨ ਅਗਾ ਵਜੋ। ਇਹ ਜਗ੍ਹਾ ਖਾਲੀ ਪਈ, ਆ ਵਜੋ, ਕੁਝ ਨਹੀਂ ਕੀਤਾ, ਨਾ ਗੁਜ਼ਾਕਰ ਤੋਂ ਗੁਜ਼ਾਰ ਦੇ, ਮਿਹਰਬਾਨੀ ਕਰੋ। ਨਾਰਾਜ਼ ਤਾਂ ਨਹੀਂ ਵੀ ਹੋ ਗਏ, ਮੈਂ ਹੱਕ ਰੱਖਦਾ ਕਿਉਂਕਿ ਮੈਂ ਸਾਰਿਆਂ ਦਾ ਜੋ ਖਾਦਮ ਹਾਂ ਅਤੇ ਸਾਰਿਆਂ ਦਾ ਨੌਕਰ ਹਾਂ। ਇੱਕ ਸੋਹਣੀ ਸਲਵਾਤ ਪੜੋ ਬਾਬਾ ਜੀ ਬੁਲੰਦ ਉੱਚੇ ਬਾਬਾ। ਕਾਫੀ ਤਾਦਾਦ ਹੈ, ਅਸੀਂ ਸਲਵਾਤ ਪੜੋ ਜੋ ਬਾਦਸ਼ਾਹ ਰਜ਼ਾਦਾ ਹਰਮ ਯਾਦ ਹੈ। ਦੁਆ ਬਰੈ ਜ਼ਹੂਰ ਇਮਾਮ ਜ਼ਮਾਨਾ ਅਲੈਹਿ ਸਲਾਤੁ ਵਸਲਾਮ। بسم الله الرحمن الرحيم اللهم كن وليك الحجة ابن الحسن ਸਲਵਾਤੁਕਾ ਅਲੈਹਿ ਵਅਲਾ ਆਬਾਇਹਿ। ਸਿਹਾਵੇ ਹਿਸਾਤਿ ਵਫੀ ਮੈਨੂੰ ਸਾਥ ਲੈ ਲਵਨਾ ਰਵਲੀਆ
ਸਾਦਾਤ ਦੇ ਡੇੜੇ ਵਸਦੇ ਰਹਿਣ, ਸਾਦਾਤ ਦਾ ਸਾਇਆ ਸਾਡੇ ਸਰ ਤੇ ਕਾਇਮ ਹੁੰਦਾ ਹੈ। ਜਿਤਨਾ ਜਿਤਨਾ ਕਦਮ ਅਜ਼ਾਦਾਰ ਮਾਲਕ ਤੁਰ ਰਹੇ ਨੇ, ਹਰ ਕਦਮ ਦੇ ਉੱਤੇ ਸਵਾਬੇ ਅਜ਼ੀਮ ਅਤਾ ਫਰਮਾ। ਬਾਨੀਆਂ ਨੇ ਮਜਾਲਸ ਮੇਰੇ ਫੇਰਾਵਾਂ ਦਾ ਫਰਸ਼ ਅਜ਼ਾ ਵਿਛਾਇਆ, ਬਾਗ ਦਰਬਾਰ ਚ ਇਬਾਦਤ ਸ਼ੁਮਾਰ ਫਰਮਾ। ਅੱਲਾ ਸਾਕੂ ਮੰਗਣ ਦਾ ਵੱਲ ਨਹੀਂ ਆਉਂਦਾ ਤੇ ਕੁਦੇਮਣ ਦਾ ਸੋਹਣਾ ਵੱਲ ਆਉਂਦਾ ਹੈ। ਆਪਣੀ ਸ਼ਾਨ ਮੁਤਾਬਕ ਇਨਹਾਂ ਅਜ਼ਾਦਾਰਾਂ ਦੇ ਘਰਾਂ ਦੇ ਉੱਤੇ ਰਹਿਮਤ ਨਜ਼ੂਲ ਫਰਮਾ। ਇੱਕ ਬਹੁਤ ਬੜੀ ਦੁਆ ਬਾਬਾ ਜੀ ਮੈਂ ਤੁਸਾਂ ਅਜ਼ਾਦਾਰਾਂ ਦੇ ਹੱਕ ਚ ਕਰਨ ਲੱਗਾ। ਵਾਜਬ ਹੈ ਆਖਰੀ ਅਜ਼ਾਦਾਰ ਤਾਂ ਕਾਮੀਨ ਦੀ ਸਦਾ ਬੁਲੰਦ ਹੋਵੇ, ਮਾਲਿਕ ਉਸ ਵਕਤ ਕਿਸੇ ਮਰਦ ਮਸਤੂਰ ਕੋ ਮੌਤ ਨਾ ਦੇਵੀ ਜਬ ਤੱਕ ਉਹ ਜਗ੍ਹਾ ਨਾ ਦੇਖੇ ਜਿੱਥੋਂ ਭੇਣ ਭੇਰਾ ਨਿਖੜੇ ਤੇ ਵਕਤ ਨਾ ਮਿਲੇ। ਮੈਂ ਸਮੇਤ ਮਾਲਿਕ ਸਾਰੇ ਅਜ਼ਾਦਾਰਾਂ ਨੂੰ ਕਰਬਲਾ ਤੇ ਸ਼ਾਮ ਦਾ ਦਵਾਰ ਬਣਾ। ਅੱਲਾ ਉਹ ਜਾ ਦਿਖਾ ਜਿੱਥਾਂ ਦੀਵਾਰਾਂ ਤੇ ਮੂੰਹ ਰੱਖਿਆ ਦੀ ਮੈਂ ਗਾਜ਼ੀ ਦੀ ਭੇਣ। ਅੱਲਾ ਉਹ ਜਾ ਦਿਖਾ ਜਿੱਥੇ ਬਹਿ ਬਹਿ ਕੇ ਟੁਰਦੀ ਰਹੀ ਇੱਥੇ ਆਦੀ ਮੇਰਾ ਅਠਾਰਾਂ ਹੈ ਤੇ ਛੁੜਾ ਵਾਲਾ ਲੱਗੂ। ਕਰਬਲਾ ਤੇ ਸ਼ਾਮ ਦਾ ਦਵਾਰ ਕੋਈ ਲੰਬੀ ਛੋਟੀ ਮਜਲਿਸ ਨਹੀਂ। ਮੇਰੇ ਬਾਅਦ ਥੱਲੇ ਵੀਰ ਤਸ਼ਰੀਫ ਫਰਮਾਇਨ ਸਾਡੇ ਮਹਿਮਾਨ ਅਜ਼ਾਦਾਰ ਸ਼ਾਹ ਸਾਹਿਬ ਜੀ ਮੌਲਾਨਾ ਸਾਹਿਬ ਦੇ ਜ਼ਿੰਦਗੀ ਹੋਵੇ ਇਹਨਾਂ ਦੀ ਬਹੁਤ ਅੱਛੇ ਪੜ੍ਹਨ ਵਾਲੇ ਨੇ। ਮੈਂ ਵਤਨ ਵਾਲਿਓ ਵਲੀ ਦੀਆਂ ਧੀਆਂ ਦੀ ਗੁਰਬਤ ਸੁਣਦਾ, ਕਿਉਂਕਿ ਵਤਨ ਦਾ ਜਿਤਨਾ ਪੜ੍ਹਨਾ ਚਾਹੀਦਾ ਉਹ ਮੈਂ ਜਾਣਦਾ। ਥੋੜ੍ਹੀ ਦੇਰ ਮੇਰੇ ਦੇਖੋ ਤੇ ਮੈਂਬਰ ਮੈਂ ਫਿਰਾਵਾਂ ਦੇ ਹਵਾਲੇ ਕਰਾਂ। ਮੁਸਲਮਾਨਾਂ ਬੜਾ ਸਤਾਇਆ ਅਲੀ ਦੀਆਂ ਧੀਆਂ, ਉਹ ਮੈਂ ਸਭ ਕਿੱਥੇ ਮਾਂ ਮੁਸਲਮਾਨ ਇਤਨਾ ਅਲੀ ਦੀਆਂ ਪੁੱਤਰਾਂ ਕੋ ਨਹੀਂ ਮਾਰਾ ਜਿਤਨਾ ਅਲੀ ਦੀਆਂ ਧੀਆਂ ਕੋ ਮਾਰ। ਭਲਾ ਹੋਏ ਉਹਨਾਂ ਅਜ਼ਾਦਾਰਾਂ ਦਾ ਜਿਹਨਾਂ ਔਖੀ ਸੁਤਰ ਦੇ ਉੱਤੇ ਹੈ ਕਿ ਕੀ ਮਜਲੇ ਸਚਾਇਆ ਕਰ ਤਵਤ ਰੁਣਨਾ ਕਰ। ਮੈਂ ਹਰ ਅਜ਼ਾਦਾਰ ਦਾ ਨੌਕਰ ਹਾਂ, ਕਿਉਂਕਿ ਇਬਤਦਾਈ ਮਜਲਿਸ ਹੈ। ਮੈਂ ਹਰ ਅਜ਼ਾਦਾਰ ਦੇ ਸਾਹਮਣੇ ਹੱਥ ਬੰਨੀ ਖੜਾ, ਇੱਥੇ ਦਾ ਆਸੂ ਕੋਈ ਰਹੇਗਾ ਨਹੀਂ, ਮਿਲਦਾ ਜ਼ਾਇਆ ਨਹੀਂ ਹੁੰਦਾ ਲਿਖਿਆ ਮੇਰੇ ਪਾਸੇ। ਖੁਦਾ ਗਵਾਹ ਇੱਕ ਬਹੁਤ ਬੜੇ ਆਲਮ ਦੀਨ ਦੀ ਜ਼ੁਬਾਨੀ ਸੁਣਾ ਬਾਬਾ ਸਿੰਘ, ਉਹ ਤੇਰੇ ਇਤਨਾ ਆਸੂ ਕੀਮਤੀ ਹੈ, ਤੇਰੇ ਆਸੂ ਦੀ ਖਾਤਰ ਮੁਹੰਮਦ ਦੀ ਧੀ ਮਰਦੇ ਛਾਵੇ ਦੀ ਹੈ। ਤੇ ਮੇਰੀ ਸਹਿਣ ਦੇ ਹੱਥ ਚ ਹੁੰਦੇ ਰੁਮਾਲ, ਆ ਕੇ ਤੇਰੀ ਅੱਖ ਦੇ ਤਲੇ ਰੁਮਾਲ ਦੇ ਕੇ ਆ ਜੀ, ਅੱਗੇ ਉਮਤ ਦੀ ਬੜੀ ਖਾਲੀ ਵਲਾਈ ਹੋਈ ਆ, ਮੈਨੂੰ ਖਾਲੀ ਨਾ ਵਲਾਵੇ, ਇਤਨਾ ਰੋਵੇ ਜੋ ਮੇਰੇ ਹੁਸੈਨ ਦੇ ਜ਼ਖਮਾਂ ਦਾ ਇਲਾਜ ਬਣ ਪਵਾਏ। ਵਤਨ ਵਾਲੇ ਆਸੂ ਜਮ੍ਹਾਂ ਕਰਕੇ ਮੁਹੰਮਦ ਦੀ ਧੀ ਆਉਂਦੀ ਕਰਬਲਾ ਕਬਰ ਤੂੰ ਤੇ ਆ ਬੰਦੀ ਹੁਸੈਨ ਦੀ ਤੇ ਆਦੀ ਹੁਸੈਨ ਕਬਰ ਛੋੜ ਤੇਰੀ ਮਾਂ ਤੇਰੇ ਜ਼ਖਮਾਂ ਦਾ ਇਲਾਜ ਕਹਿੰਦੀ ਹੈ। ਆਮਦ ਅਜ਼ਾਦਾਰਾਂ ਦੀ ਤਰ੍ਹਾਂ ਜ਼ਹਿਨ ਮਜਲਿਸ ਵਾਲੇ ਪਾਸੇ ਹੋਵੇ, ਅੱਲਾ ਜਾਣੇ ਕਿਹਦੇ ਪਾਸੇ ਨਾਲ ਮੁੱਦਤ ਬਿਮਾਰ ਇਮਾਮ ਰਤ ਬੈਠਾ ਰੋਂਦਾ ਹੈ, ਉਹ ਮੈਂ ਸਦਕੇ ਤੇ ਇਮਾਮ ਕਬਰ ਤੇ ਆ ਕੇ ਮੁਹੰਮਦ ਦੀ ਧੀ ਆਦੀ ਹੁਸੈਨ ਕਬਰ ਛੋੜ ਤੇਰੇ ਜ਼ਖਮਾਂ ਦਾ ਇਲਾਜ ਕਹਿੰਦੀ ਹੈ। ਰੋਣ ਵਾਲੇ ਅਜ਼ਾਦਾਰੋ ਸਾਰੇ ਜ਼ਖਮ ਬਾਬਾ ਜੀ ਠੀਕ ਹੋ ਵੈਨਨ ਤੇ ਦੋ ਜ਼ਖਮ ਬਾਕੀ ਰਹਿ ਵੈਨਨ, ਜ਼ਖਮਾਂ ਤੇ ਬੋਸਾ ਦੇ ਕੇ ਮਾਂ ਹੁਸੈਨ ਦੀ ਆਦੀ ਹੁਸੈਨ ਕੀ ਹੋ ਜੇ ਜ਼ਖਮ ਜਿਹੜੇ ਅਜੇ ਤੱਕ ਠੀਕ ਨਹੀਂ ਹੋਏ, ਹੁਸੈਨ ਦੇ ਅੰਮਾ ਕਿਆਮਤ ਤੱਕ ਜ਼ਖਮ ਠੀਕ ਨਹੀਂ ਹੋਣੇ, ਜਿਹੜੇ ਬੰਦੇ ਹੈ ਕਰਕੇ ਰੋਂਦੇ ਬੈਠੇ ਹੋ ਕੀ ਹੋ ਜੇ ਜ਼ਖਮ ਹੁਸੈਨ ਦੇ ਅੰਮਾ, ਪਹਿਲਾ ਜ਼ਖਮ ਹੈ ਅਕਬਰ ਦੀ ਜਵਾਨੀ ਦਾ। ਸ਼ਾਇਦ ਕੋਈ ਅਮੀਰ ਹੈ ਜਿਹੜਾ ਸਭ ਤੋਂ ਸਮੇ ਕੇ ਹੈ ਨਹੀਂ ਕਰ ਸਕਦਾ, ਪਹਿਲਾ ਜ਼ਖਮ ਅਕਬਰ ਦੀ ਜਵਾਨੀ ਦਾ, ਵੀਆ ਜ਼ਖਮ ਹੈ ਭੇਣ ਦੀ ਲੁੱਟੀ ਹੋਈ ਚਾਦਰ ਤੇਰੀ ਹੈ ਤੂੰ ਕਾਇਨਾਤ ਕੁਰਬਾਨ ਕਰ ਸਕਦਾ। ਬਸ ਮੇਰੇ ਹਿੱਸੇ ਦੀ ਮੁਕਾਨ ਮੁਕੰਮਲ, ਜੋ ਗਵਤਨ ਹੈ ਰੋਮਣ ਵਾਲੇ ਅਜ਼ਾਦਾਰੋ ਦੁਨੀਆਂ ਦਾ ਦਸਤੂਰ ਹੈ, ਦੁਆ ਮੰਗੀ ਕਰੋ। ਮੇਰਾ ਪਰਨੀ ਜੇ ਤਾਂ ਭੇਣ ਜ਼ਰੂਰ ਹੋਵੇ, ਜੋ ਮਰੇ ਤਦਹੀ ਜ਼ਰੂਰ ਹੋ। ਖੁਦਾ ਗਵਾਏ ਅਗਰ ਪਿਓ ਮਰ ਵਨੇ ਨਾ ਪੂਰੀ ਰਾਤ ਹੀ ਕੁਨੇਦਰ ਨਹੀਂ ਆਉਂਦੀ। ਕਈਵੇਲੇ ਮੁਰਸ਼ਿਦਾ ਦਾ ਬਾਬੇ ਦੇ ਸੱਜੇ ਪਾਸੋਂ ਆਸੀ, ਕਈਵੇਲੇ ਖੱਬੇ ਪਾਸੋਂ ਆਸੀ, ਬਾਬਾ ਨੱਪ ਕੇ ਖੇਸੀ, ਬਾਬਾ ਮੈਨੂੰ ਕਹਿੰਦੇ ਆਸਰੇ ਤੇ ਛੋੜੀ ਦੇ, ਤੇਰੇ ਬਾਅਦ ਕੋਈ ਨਾ ਪੁੱਛਾਵੇ ਨਾ ਪੁੱਛਾਵੇ। ਤੇ ਬੇਰਾ ਪਰਨੀ ਜੇ ਤਾਂ ਭੇਣ ਜ਼ਰੂਰ ਹੋਵੇ, ਸਗਨਾ ਵਾਲੀ ਰਾਤ ਭੇਣ ਕੁਨੇਦਰ ਨਹੀਂ ਆਉਂਦੀ। ਭਈਆ ਬਿਤ ਕਈ ਵੇਲੇ ਕਈ ਸਹੇਲੀ ਦੇ ਘਰ, ਕਈ ਵੇਲੇ ਕਈ ਸਹੇਲੀ ਦੇ ਘਰ, ਤੇ ਹੱਥ ਬੰਨ ਕੇ ਖੇਸੀ ਤਰੀ ਮਿਹਨਤ ਕਰੇ ਮੀਆਂ, ਰਾਤ ਨਿੰਦਰ ਨਾ ਕਰਾ ਹੈ ਜੋ ਮੇਰੇ ਬੇਰਾ ਦੇ ਸਗਨ ਦੀ ਰਾਤ ਹੈ।
ਤੇ ਰੋਣ ਵਾਲਿਆਂ ਦਾ ਦਾਰੋ ਜਬਰ ਤਕਦੀਰ ਉਹ ਫੇਰਾ ਮਰ ਵੰਜੇ ਤੇ ਭੇਣ ਦੂਰ ਦੀ ਹੋਵੇ ਪਤਾ ਲੱਗੇ ਜੋ ਤੇਰਾ ਫੇਰਾ ਮਰ ਗਏ ਖੁਦਾ ਗਵਾਏ ਵਤਨ ਵਾਲਿਓ ਸਰ ਤੇ ਦੁਪੱਟਾ ਨਹੀਂ ਸਫਲਦੀ ਪੇਰਾਂ ਵਿੱਚ ਨਾ ਲੈ ਨਹੀਂ ਸਫਲਦੀ ਔਲਾਦ ਛਾਉਣੀ ਭੁੱਲ ਵੈਂਦੀ ਇਹ ਜਿਹੜੇ ਹੈ ਕਰਕੇ ਰੋਂਦੇ ਬੈਠੇ ਹੋ ਤੇ ਮਈ ਵਧਾ ਕੇ ਆ ਦਿਓ ਵਾਲੀ ਤਿਆਰੀ ਨਾ ਕਰ ਰਹੇ ਭੇਣ ਦਾ ਲੰਬਾ ਸਫ਼ਰ ਰਹੀ ਇੰਤਜ਼ਾਰ ਕਰੇਂਦੀਆਂ ਕਰੇਂਦੀਆਂ ਚਾਚਾ ਸਹੀ ਹੁੰਦਾ ਫੇਰਾ ਮਈਅਤ ਚਾਵਨ ਛਾ ਹਾਂ ਨੁਕਸੀ ਜਾ ਸੈਯਦ ਹੋ ਕੇ ਤੇ ਅਜ਼ਾਦਾਰ ਹੁਸੈਨ ਦਾ ਹੋ ਕੇ ਮਾਤਮੀ ਹੋ ਕੇ ਹੈ ਨਾ ਕੀਤੀ ਰੋਣ ਵਾਲੇ ਅਜ਼ਾਦਾਰੋ ਤੇ ਭੇਣ ਦਾ ਇੰਤਜ਼ਾਰ ਕਰੇਂਦੀਆਂ ਕਰੇਂਦੀਆਂ ਚਾਚਾ ਮਈਅਤ ਚਾਵਨ ਛਾ ਕਬਰਿਸਤਾਨ ਦੇ ਨੇੜੇ ਘੇਨਾ ਮੈਂ ਤੇ ਭੇਣ ਕੁਆ ਦਾ ਦੇਖਣ ਮਈਅਤ ਰੱਖੇ ਨਾ ਛਾ ਇੱਕ ਬੇ ਕੁਆ ਦਨ ਹਟ ਵਜੋ ਗਰੀਬ ਦੀ ਭੇਣ ਆ ਗਈਏ ਜਿਹੜੇ ਹੈ ਕਰ ਸਕਦੇ ਹੋ ਰੋਣ ਵਾਲੇ ਅਜ਼ਾਦਾਰੋ ਕਿਬਲਾ ਸਹੀ ਅੱਖਾਂ ਦੇ ਸਾਹਮਣੇ ਤੇਰੀ ਲੁੜਦੀ ਹੋਈ ਹਾਂ ਦੀ ਕਸਮ ਭਾਈ ਜਾਨ ਹਕੀਕਤ ਦੇ ਗਰੀ ਇਤਨਾ ਹੁੰਦਾ ਜਿਹੜਾ ਬੰਦਾ ਵੈਣ ਕਰਕੇ ਰੋਂਦੇ ਬੈਠੇ ਅੱਖਾਂ ਦੇ ਸਾਹਮਣੇ ਫੇਰਾ ਗੁਸਤਾ ਰਹੀ ਆ ਫੇਣੀ ਤੇ ਫੇਰਾ ਬੈਠੇ ਹੋ ਸਾਹਮਣੇ ਕੁਸਤਾ ਰਹੀ ਤੇ ਸਰਦ ਤੇ ਕੁਰਾਨ ਰਾਖੀ ਆਦੀ ਰਾਮਾਰ ਕਿਹੜੇ ਜ਼ਖਮੀ ਆਪੇ ਮਰ ਵੈਂਦੇ ਮੇਰੇ ਸਾਹਮਣੇ ਆਲੀ ਦੀ ਧੀ ਦੀ ਗੁਰਬਤ ਮੈਂ ਫੜਾ ਵਤਨ ਆ ਲਿਓ ਫੇਰਾ ਦੀ ਲਾਸ਼ ਤੇ ਆਈ ਆਈ ਖੜੇ ਰੰਗ ਨਾਲ ਹੈ ਬਜ਼ੁਰਗ ਆਖਰ ਭਾਈ ਜਾਨ ਵੈਣ ਕਰੇ ਨੀ ਹਨ ਆਈ ਜ਼ੇਵਰ ਪਾ ਕੇ ਮਿਲਣ ਫੇਰਾ ਕੋ ਜਦਾਂ ਯਸਰੇ ਵਿਦੇਸ਼ ਆਜ਼ਾਦੀ ਬਹੁ ਦੇਰ ਤਾਈ ਹੈਰਾਨ ਖੜੀ ਨਿਠੀ ਧੁੱਪ ਤੇ ਲਾਸ਼ ਫੇਰਾ ਦੀ ਵੈਣ ਕਰਕੇ ਆਦੀ ਅਸਮ ਬਾਬਾ ਮੈਂ ਹਜ਼ਾਰ ਦਫਾ ਖਾਂ ਆਈ ਜ਼ੇਵਰ ਪਾ ਕੇ ਮਿਲਣ ਫੇਰਾ ਕੋ ਜਦਾਂ ਯਸਰੇ ਵਿਦੇਸ਼ ਆਜ਼ਾਦੀ ਬਹੁ ਦੇਰ ਤਾਈ ਹੈਰਾਨ ਖੜੀ ਨਿਠੀ ਧੁੱਪ ਤੇ ਲਾਸ਼ ਫੇਰਾ ਦੀ ਰੋ ਕੇ ਆਦੀ ਅਸਮ ਮੌਤ ਦੀਆਂ ਵਾਰੀਆਂ ਖੇਨ ਵਜਣਾ ਹੈ ਲਾਸ਼ ਤੇ ਤਾਰੀਖਾਂ ਦੀਆਂ ਇਵੇਂ ਉੱਠ ਤੋਂ ਲੱਥੀਏ ਜਿਵੇਂ ਗਾਜ਼ੀ ਬਗੈਰ ਬਾਜ਼ਵਾਂ ਦੇ ਘੋੜੇ ਤੋਂ ਲੱਥਾ ਮੇਰੀ ਸੈਣ ਪੱਥਰਾਂ ਦੇ ਢੇਰ ਤੇ ਆ ਖੜੀਏ ਤੇ ਅਕਲ ਮਾਰੀ ਹੁਸੈਨ ਸੈਯਦ ਜੋ ਹੋ ਜਿੱਥੋਂ ਬਹਾ ਬਲਦੀ ਹੈ ਜਾਓ ਜਲਦੀ ਹੈ ਪੀਰ ਅਜ਼ਾਦਾਰ ਸ਼ਾਹ ਵੀ ਫਰਮਾਉਂਦੇ ਗਾਜ਼ੀ ਤੇ ਭੇਣ ਦੇ ਲਹਿਣ ਚ ਫਰਕ ਹਾ ਉਹ ਮਰਦ ਹਾ ਇਹ ਮਸਤੂਰ ਆਈ ਉਹ ਘੋੜੇ ਤੋਂ ਲੱਥਾ ਹਾ ਇਹ ਉਠ ਤੋਂ ਲੱਥੀਏ ਉਹਦੇ ਬਾਜ਼ੂ ਕਹਿਣਾ ਹਨ ਇਹਦੇ ਹੱਥ ਬੱਧੇ ਹੋਏ ਹੈ ਮਰਹਬਾ 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 ਉਹ ਰਮਣ ਵਾਲਿਆਂ ਦਾ ਦਾਰੋ ਉਸ ਨੂੰ ਕਈ ਖੜਾ ਮੇਰਾ ਦੀ ਲਾਸ਼ ਤੇ ਆਈ ਤੇ ਹੱਕਾਂ ਮਾਰੀ ਹੁਸੈਨ ਉਹ ਮੇਰਾ ਇਬਰਤ ਦਾ ਕੁੱਠਾ ਹੋਇਆ ਵੀਰੋ ਵੀਰੋਂ ਅੱਖਾਂ ਬਹਾਲ ਦੇਖ ਅਕਬਰ ਦੀ ਸ਼ਾਦੀ ਦੇ ਜ਼ੇਵਰ ਪਈ ਖੜੀਆਂ ਬੀਬੀ ਆਦਿਤਿਆ ਦੀ ਮਾਸੂਮਾ ਕੋਂਗਰ ਨਾਲ ਨਹੀਂ ਖੜੀਆਂ ਕੋਈ ਸ਼ਾਮ ਸੁਣੀ ਦੀ ਜਿੰਦੇ ਡਾਢੇ ਔਖੇ ਮੋੜ ਤੇ ਬੀਬੀ ਆਦੀਏ ਹੁਸੈਨ ਮੈਂ ਉਹ ਪਰਦਾਦਾਰ ਹਾਂ ਜਿੰਦਾ ਲੇਜਾ ਸੁਣਨ ਵਾਸਤੇ ਅਲੀ ਜੀ ਆ ਬਾਬਾ ਦੁਨੀਆ ਤੋਂ ਸਿੱਖਦਾ ਤੁਰ ਗਿਆ ਜਿਹੜਾ ਬੰਦਾ ਅੱਜ ਤੱਕ ਹੈ ਨੀ ਕਰ ਸਕਦਾ ਤੇਰੇ ਰੋਣ ਵਾਸਤੇ ਇੱਕ ਲਾਸਾ ਨਾ ਰੋਣ ਵਾਲੇ ਅਜ਼ਾਦਾਰੋ ਕੂਫੇ ਦਾ ਸ਼ਹਿਰ ਆ ਕਣਕ ਦੇ ਰੁਫਾਰਨ ਭਈ ਆਬਦ ਅਲੀ ਇੱਕ ਦੀਵਾਰ ਦੇ ਨਾਲ ਟੇਕ ਘਿਰ ਕੇ ਖੜੇ ਹਨ ਤੇ ਰੋਂਦੇ ਖੜੇ ਹਨ ਜਿਜ਼ਾਦੀ ਯਾ ਅਲੀ ਦੀਵਾਰ ਦੇ ਨਾਲ ਆਸਰਾ ਘਿਨ ਕੇ ਕਣਕ ਦੇ ਰੁਫਾਰਨ ਧੁੱਪ ਦਾ ਜ਼ੋਰ ਏ ਕਿਉਂ ਖੜੇ ਹੋ ਅਲੀ ਰੋ ਕੇ ਹੱਥ ਦਾ ਇਸ਼ਾਰਾ ਕਰਕੇ ਆਦਨ ਫਿਜ਼ਾ ਵੱਲ ਵੰਜ ਮਧੀ ਦਾ ਕੁਰਾਨ ਖੜਾ ਸੋਦਾ ਇਹ ਰੀਜ਼ਤ ਅਲੀ ਖਾਲੀ ਸਹਿਨ ਫਰਮਾਇਆ ਹੁਸੈਨ ਮੈਂ
ਬਾਬੇ ਨਾਲ ਕਨਾ ਨਾ ਬੋਲੀ, ਕੋਈ ਸ਼ਰਾਬੀ ਦਾ ਦਰਬਾਰ ਸੁਣੀਂਦਾ ਹੈ, ਕੋਈ ਸ਼ਾਮ ਦੇ ਔਖੇ ਔਖੇ ਮੋੜ ਸੁਣੀਂਦਾ ਨਹੀਂ। ਹੁਸੈਨ ਮਤਲਬ ਵਿਹੜੇ ਵਿੱਚ ਟੁਰਨ ਹੀ ਔਖਾ ਟੁਰਦੀ ਹੈ। ਰੋਣ ਵਾਲੇ ਅਜ਼ਾਦਾਰੋ ਮੇਰੀ ਸਹਿਣ ਰਹਿਣ ਕਰਕੇ, ਅਜੇ ਹੁਸੈਨ ਅਕਬਰ ਦੀ ਸ਼ਾਦੀ ਦੇ ਜ਼ੇਵਰ ਪਈ ਖੜੀਆਂ, ਤੇਰੀ ਮਾਸੂਮਨ ਉਂਗਲ ਨਾਲ ਲਈ ਖੜੀਆਂ। ਹੁਸੈਨ ਅੱਖਾਂ ਬਹਾਲ ਕੇ ਦੱਸਾ, ਭੇਣ ਕੋ ਜ਼ੇਵਰ ਸੋਹਣੇ ਲੱਗਦੇ ਨਹੀਂ ਜਾਂ ਕੋਈ ਨਾ। ਰੋਣ ਵਾਲੇ ਅਜ਼ਾਦਾਰੋ ਜਦਾ ਗੱਲ ਕੀਤੀ ਰੋ ਕੇ, ਅਜੇ ਹੁਸੈਨ ਮਸ਼ਕੂਰ, ਪਰ ਮੈਨੂੰ ਅੱਲਾ ਦੇ ਨਾਂ ਤੇ ਦੱਸਾ ਯਾਰੀ ਦੀ ਰਾਤ ਮੇਰੀ ਭੇਣ ਨਾਲ ਕਿਵੇਂ ਗੁਜ਼ਰੀ। ਜਿਹੜਾ ਵੱਡਾ ਜਾ ਤਕਲੇ ਰੁਨਾ ਮੁਰਸ਼ਿਦਾ ਦਾ, ਤੇਰੀ ਸੈਦ ਦਾ ਬਰਜ਼ਮੀਨ ਤੇ ਝੜੀਏ ਤੇ ਵੱਤ ਉੱਠੀਏ। ਰੋ ਗਿਆ ਜੇ ਹੁਸੈਨ ਜੇ ਨਾ ਪੁੱਛਿਆ ਤਾਂ ਚੰਗਾ ਹਾਂ। ਜੀ ਬਾਬਾ ਜਨਮ